ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ। ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਬੁਲੇਟਿਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਇੱਕ ਨਜ਼ਰ। ਪੁਲਿਸ ਖਿਲਾਫ ਨਾਅਰੇਬਾਜ਼ੀ। ਪੰਜਾਬ ਦਾ ਇਤਿਹਾਸ ਭਰਿਆ ਹੈ ਕੁਰਬਾਨੀਆਂ ਨਾਲ। ਆ ਵੇਖੋ ਕਿਵੇਂ ਹੋਂਦ ਵਿੱਚ ਆਇਆ ਸਟੂਡੀਓ। ਵਿਧਾਇਕ ਨਾਲ ਕੀਤੀ ਮੀਟਿੰਗ। ਸਟਾਫ ਤੇ ਕਰਮਚਾਰੀਆਂ ਨੇ ਕੀਤੀ ਹੜਤਾਲ। ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ। ਔਰਤ ਦੇ ਬਿਆਨਾਂ ਤੇ ਮਾਮਲਾ ਦਰਜ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਅੰਮ੍ਰਿਤਸਰ ਤੋਂ। ਪ੍ਰਵਾਸੀਆਂ ਦੀ ਗੱਲ ਕਰੀਏ ਤੇ ਲਾਸ਼ ਨੂੰ ਰੱਖ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਹੈ ਤੇ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਔਰ ਇਨਸਾਫ ਦੀ ਮੰਗ ਕੀਤੀ ਹੈ। ਵੇਖੋ ਪੂਰੀ ਖਬਰ। ਇਹ ਗੱਲਬਾਤ ਹੋਈ ਹੈ ਕਿ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹਨੇ ਦਾ ਮਾਲਕ ਦਾ ਜਿਹੜਾ ਫੇਡ ਬਣੇ ਆ ਉਹਨੇ ਤਾਂ ਕੋਈ ਸੁਣਵਾਈ ਨਹੀਂ ਕਰ ਰਹੇ ਆ। ਸਾਨੂੰ ਇਸ ਕਰਕੇ ਰੱਖੇ ਇੱਥੇ। ਉਹਨੂੰ ਕਈ ਵਾਰ ਕਰਦੇ ਆ ਕਿ ਉਹਨੂੰ ਤੋਂ ਜਿਹੜਾ ਮੁਲਜ਼ਮ ਆ ਗ੍ਰਿਫਤਾਰ ਕਰੋ। ਉਹ ਕਰ ਨਹੀਂ ਰਹੇ ਆ, ਉਹ ਪੈਸਾ ਖਾ ਕੇ ਬੈਠੇ ਆ। ਸਾਨੂੰ ਇਸ ਲਈ ਹਟ ਨਹੀਂ ਰਹੇ। ਅਸੀਂ ਹਟੇਗੇ ਨਹੀਂ, ਅਸੀਂ ਮਰ ਜਾਵਾਂਗੇ ਮਿਟ ਜਾਵਾਂਗੇ ਇੱਥੇ ਹਟੇਗੇ ਨਹੀਂ। ਬੋਡੀ ਦਾ ਦੇਖਭਾਲ ਕਰੇਂਗੇ, ਧਰਨਾ ਵੀ ਲਾਏਂਗੇ। ਜਦ ਤੱਕ ਚਲੇਗਾ, ਜਦ ਤੱਕ ਇਨਸਾਫ ਨਹੀਂ ਮਿਲੇਗਾ ਤਦ ਤੱਕ। ਇਨਸਾਫ ਕਿਉਂ ਨਹੀਂ ਮਿਲਿਆ ਤੁਹਾਨੂੰ? ਇਨਸਾਫ ਨਹੀਂ ਮਿਲਿਆ, ਉਹ ਪੈਸੇ ਦੇਤੇ ਅਗਲੇ। ਕੌਣ ਲੈਂਦੇ ਪੈਸੇ? ਪੈਸੇ ਮਾਲਕ ਦੇਤੇ, ਚੜਾਤੇ ਉਹਨੂੰ। ਕਿਹਨੂੰ? ਮਾਲਕ ਨੂੰ, ਪੁਲਿਸ ਵਾਲੇ ਨੂੰ। ਹੁਣ ਕੀ ਮੰਗ ਕਰ ਰਹੇ? ਹੁਣ ਮੰਗ ਕਰ ਰਹੇ ਕਿ ਸਾਰੇ ਜਿਹੜੇ ਆਪਣਾ ਕਾਰਵਾਈ ਕਰੀ ਜਾਏ, ਆਪਣੀ ਮੰਗ ਸੁਣੀ ਜਾਏ। ਸਰ ਮੇਰਾ ਨਾਮ ਸੁਨੀਲ ਕੁਮਾਰ ਹੈ। ਕੀ ਗੱਲਬਾਤ ਹੋਈ ਜਿਹੜਾ ਧਰਨਾ ਲਾਉਣਾ ਪਿਆ ਬੋਡੀ ਸਮੇਤ? ਸਰ ਕੱਲ੍ਹ ਦੀ ਗੱਲ ਹੈ, ਸਾਡਾ ਭਰਾ ਸੀ ਮਨੀਸ਼ ਯਾਦਵ, ਮੇਰਾ ਮੁਹੱਲਾ ਨਿਵਾਸੀ, ਇਲਾਕਾ ਨਿਵਾਸੀ, ਬਚਪਨ ਤੋਂ ਨਾਲ ਪੜ੍ਹੇ ਹਾਂ। ਸਾਨੂੰ ਪਤਾ ਹੈ ਕਿਸ ਤਰ੍ਹਾਂ ਦਾ ਬੰਦਾ ਹੈ, ਜੇ ਕੋਈ ਗਲਤ ਬੰਦਾ ਹੁੰਦਾ ਤਾਂ ਉਹ ਬਚਪਨ ਤੋਂ ਹੀ ਕੰਮ ਕਰਨੇ ਸ਼ੁਰੂ ਕਰ ਦਿੰਦਾ। ਸਾਡੇ ਨਾਲ ਦਾ ਸਾਨੂੰ ਪਤਾ ਬੰਦਾ ਬਹੁਤ ਚੰਗਾ ਸੀ। ਇੱਥੇ ਗੋਲ ਹੱਟੀ ਚੌਂਕ 'ਤੇ ਦੁਕਾਨ ਹੈ ਅਤੇ ਖੰਨਾ ਐਨਸੈਂਸ ਹਾਰਡਵੇਅਰ ਦੀ ਸ਼ੋਪ ਹੈ। ਉਹ ਦੁਕਾਨ 'ਤੇ ਘੱਟੋ ਘੱਟ ਹੋ ਗਏ 10 ਸਾਲ ਤੋਂ ਜ਼ਿਆਦਾ ਹੋ ਗਏ ਉਹ ਬੰਦਾ ਕੰਮ ਕਰ ਰਿਹਾ ਸੀ। ਅਤੇ ਕੱਲ੍ਹ ਦੀ ਗੱਲ ਹੈ, ਕੱਲ੍ਹ ਸਵੇਰੇ ਇਹਦੇ ਫਾਦਰ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਸੀਂ ਦੁਕਾਨ 'ਤੇ ਆਓ, ਤੁਹਾਡੇ ਬੱਚੇ ਨੇ ਚੋਰੀ ਕੀਤੀ ਹੈ। ਚੋਰੀ ਕਿੰਨੀ ਕੀਤੀ? 40 ਲੱਖ ਰੁਪਏ ਦੀ ਚੋਰੀ ਕੀਤੀ। ਉਹ ਮਜ਼ਦੂਰ ਇੱਕ 10x10 ਦੇ ਕਮਰੇ 'ਚ ਬ੍ਰਦਰ ਸਿਸਟਰ ਨਾਲ ਫਾਦਰ ਨਾਲ ਰਹਿੰਦਾ ਸੀ, ਮਦਰ ਉਹਦੇ ਹੈਗੇ ਨਹੀਂ, ਉੱਥੇ ਕਮਰੇ ਦੇ ਵਿੱਚ ਰਹਿੰਦੇ, ਕਿਰਾਏ ਦੇ ਕਮਰੇ ਉੱਤੇ ਰਹਿ ਰਿਹਾ। ਇੰਨੇ ਸਾਲ ਹੋ ਗਏ ਅਤੇ ਉਹ ਕਿਰਾਏ ਦੇ ਕਮਰੇ 'ਚ ਰਹਿ ਰਿਹਾ। ਜਿਹਨੇ ਚੋਰੀ ਕੀਤੀ ਸੀ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਣਾ ਸੀ। ਉਹਨੂੰ ਉੱਥੇ ਕੁੱਟਮਾਰ ਉਹਦੇ ਨਾਲ ਕੀਤੀ ਗਈ, ਉੱਥੇ ਫੈਕਟਰੀ ਦੇ ਅੰਦਰ ਪਹਿਲਾਂ ਉਹਨੂੰ ਕੁੱਟਿਆ, ਉਸ ਤੋਂ ਬਾਅਦ ਉਹਨੂੰ ਧਮਕਾਇਆ ਗਿਆ ਕਿ ਸਾਨੂੰ 40 ਲੱਖ ਰੁਪਇਆ ਲਿਆ ਕੇ ਦੇ। ਉਹਦੇ ਫਾਦਰ ਆਏ ਨੇ, 40 ਲੱਖ ਰੁਪਇਆ ਕਹਿੰਦੇ ਅਸੀਂ ਕਿੱਥੋਂ ਲਿਆ ਕੇ ਦਈਏ। ਵਿਚਾਰਾ ਡਿਪਰੈਸਡ ਹੋ ਕੇ ਹੁਣ, ਉਸ ਵਕਤ ਮੈਂ ਤਾਂ ਮੌਜੂਦ ਨਹੀਂ ਸੀ, ਮੈਂ ਉਸ ਵਕਤ ਮੌਕੇ 'ਤੇ ਮੌਜੂਦ ਨਹੀਂ ਸੀ, ਮੈਂ ਬਾਅਦ ਵਿੱਚ ਆਇਆ ਜਦੋਂ ਡੈਥ ਹੋ ਗਈ ਸੀ। ਸਾਨੂੰ ਇਹ ਦੱਸਿਆ ਗਿਆ ਕਿ ਉਸ ਤੋਂ ਬਾਅਦ ਜਦੋਂ ਆਪਾਂ ਆਏ ਸਾਨੂੰ ਡੈਡ ਬੋਡੀ ਦੇਖਣ ਨੂੰ ਮਿਲੀ ਹੈ, ਜੋ ਕਿ ਗਲੇ ਦੇ ਵਿੱਚ ਫਾਂਸੀ ਦਾ ਫੰਦਾ ਲੱਗਾ ਹੋਇਆ ਸੀ, ਬੋਰੀ ਜਿਹੜੀ ਪੇਟੀ ਬੰਨਣ ਵਾਲੀ ਜਿਹੜੀ ਰੱਸੀ ਉਹਦੇ ਨਾਲ ਫਾਂਸੀ ਦਾ ਫੰਦਾ ਲੱਗਾ ਹੋਇਆ ਸੀ। ਅਤੇ ਉਸ ਵਕਤ ਅਤੇ ਇਹ ਕੋਠੇ ਦੇ ਉੱਤੇ ਬੋਡੀ ਸਾਨੂੰ ਜਾਣ ਨਹੀਂ ਦਿੱਤਾ ਸਾਨੂੰ ਕਿਸੇ ਵੀ ਫੈਮਿਲੀ ਮੈਂਬਰ ਨੂੰ ਜਾਂ ਫਿਰ ਕਿਸੇ ਦੇ ਵੀ ਅਸੀਂ ਅੜੋਸੀ ਪੜੋਸੀ ਨੂੰ ਨੇੜੇ ਨਹੀਂ ਜਾਣ ਦਿੱਤਾ। ਪਰ ਪੁਲਿਸ ਪ੍ਰਸ਼ਾਸਨ ਕਿਹਾ ਕਿਸੇ ਨੇ ਕੋਲ ਨਹੀਂ ਜਾਣਾ। ਉਸ ਤੋਂ ਬਾਅਦ ਜਦੋਂ ਬੋਡੀ ਨੂੰ ਨੀਚੇ ਲੈ ਕੇ ਆਏ ਨੇ ਅਤੇ ਫਿਰ ਬੋਡੀ ਨੂੰ ਬਿਨਾਂ ਕਿਸੇ ਦੀ ਮਰਜ਼ੀ ਤੋਂ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਅਤੇ ਉਸ ਵਕਤ ਉਹਦੀ ਫੈਮਿਲੀ ਦਾ ਬ੍ਰਦਰ ਇੱਥੇ ਹੈਗਾ ਨਹੀਂ ਸੀ। ਅਤੇ ਉਸ ਵਕਤ ਜਿਹੜੇ ਤਿੰਨੋਂ ਦੋਸ਼ੀ ਸੀ ਉਹ ਉੱਥੇ ਮੌਜੂਦ ਸਨ, ਦੁਕਾਨ ਦੇ ਵਿੱਚ ਮੌਜੂਦ ਸਨ। ਪੁਲਿਸ ਪ੍ਰਸ਼ਾਸਨ ਨੇ ਖੁਦ ਦੁਕਾਨ ਉਹਨਾਂ ਦੀ ਬੰਦ ਕਰਵਾਈ ਹੈ ਅਤੇ ਉਹਨਾਂ ਨੂੰ ਬੜੇ ਸੱਦਾ ਬੜੇ ਪਿਆਰ ਨਾਲ ਉਹਨਾਂ ਨੂੰ ਘਰ ਜਾਣ ਨੂੰ ਦਿੱਤਾ ਹੈ। ਅਤੇ 24 ਘੰਟੇ ਦਾ ਕਹਿੰਦੇ ਕਿ ਜਦੋਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਦੋਸ਼ੀ ਨੂੰ ਭੱਜਣ ਲਈ 1 ਮਿੰਟ ਬਹੁਤ ਜ਼ਿਆਦਾ ਜ਼ਰੂਰੀ, 1 ਮਿੰਟ ਵੀ ਬਹੁਤ ਹੁੰਦਾ ਹੈ। ਪਰ 24 ਘੰਟੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ, ਪੋਸਟਮਾਰਟਮ ਦਾ ਵੇਟ ਕਰਦੇ ਰਹੇ, ਉਹਨਾਂ ਨੂੰ ਕਸਟਡੀ 'ਚ ਨਹੀਂ ਲਿਆ, ਦੁਕਾਨ ਬੰਦ ਕਰਕੇ ਉਹਨਾਂ ਨੂੰ ਘਰ ਭਜਵਾਇਆ ਗਿਆ ਸਾਰਿਆਂ ਨੂੰ। ਹੁਣ ਸਾਰੇ ਫਰਾਰ ਨੇ, ਹੁਣ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਕੀ ਕਰੀਏ, ਫਰਾਰ ਨੇ। ਖਬਰ ਲੈਂਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਔਰ ਪੰਜਾਬ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤੇ ਸੱਚਮੁੱਚ ਜੋ ਪੰਜਾਬ ਨੇ ਦੁਸ਼ਮਣਾਂ ਨਾਲ ਮੁਕਾਬਲਾ ਕੀਤਾ ਹੈ ਉਹ ਅੱਜ ਇਤਿਹਾਸ ਵਿੱਚ ਸੁਨਹਿਰੀ ਅਕਸ਼ਰਾਂ 'ਚ ਲਿਖਿਆ ਹੋਇਆ ਹੈ। 10ਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕੁਰਬਾਨੀ, ਪਰਿਵਾਰ ਦੀ ਕੁਰਬਾਨੀ ਅੱਜ ਵੀ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਸੱਚਮੁੱਚ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ। ਇਸ ਸੰਬੰਧ ਵਿੱਚ ਕੀ ਹੈ ਪੂਰੀ ਗੱਲਬਾਤ, ਆਓ ਮਾਰਦੇ ਹਾਂ ਇਸ ਖਬਰ 'ਤੇ ਨਜ਼ਰ। ਉੱਤਰ ਪ੍ਰਦੇਸ਼ ਸਾਂਸਦ ਹੈ ਔਰ ਭਾਰਤੀ ਜਨਤਾ ਪਾਰਟੀ OBC ਮੋਰਚੇ ਕੇ ਰਾਸ਼ਟਰੀ ਮਹਾਂ ਮੰਤਰੀ। ਹਮ ਇੱਕ ਦਿਨ ਕੇ ਪ੍ਰਵਾਸ ਪੇ ਪੰਜਾਬ ਆਏ ਹੋਏ ਹੈ ਔਰ ਅੱਜ ਹਮ ਗੁਰੂ ਗੋਬਿੰਦ ਸਿੰਘ ਜੀ ਕੇ ਜਹਾਂ ਦੋ ਪੁੱਤਰ ਕੋ ਦੀਵਾਰੋਂ ਮੇਂ ਚੁਣਵਾ ਦਿਆ ਗਿਆ ਥਾ, ਹਮ ਉਸਕੇ ਦਰਸ਼ਨ ਕੇ ਲੀਏ ਆਏ ਹੈਂ। ਹਮੇਂ ਬਹੁਤ ਹੀ ਸੁਖ ਕੀ ਅਨੁਭੂਤੀ ਹੋ ਰਹੀ ਹੈ
कि मुगलों ने किस तरीके से हमारे देश में अत्याचार किया था और गुरु गोविंद जी के परिवार पे कितना बड़ा अत्याचार किया था। यहाँ आए और हमारे साथ में हमारे प्रदेश के ओबीसी मोर्चा के अध्यक्ष हैं और हमारे प्रदेश के मंत्री शिवराज जी चौधरी जी हैं और हमारे जिला के अध्यक्ष, सारे लोगों के साथ में आके आज यहाँ दर्शन किया और बहुत ही हमें आनंद महसूस हो रहा है। बात की जाए तो सुनील जाखड़ ने कांग्रेस छोड़ी, आपको क्या लगता है कि उनको बीजेपी में आना चाहिए या नहीं? अब देखिए उनके अपने विचार हैं और बीजेपी में आने के लिए उनको स्वागत है, अगर आएंगे तो स्वागत ही। बीजेपी तो सबको लेकर चलने वाली पार्टी है और आज कांग्रेस तो खत्म हो चुकी है। कांग्रेस ने तो इस देश को गर्द में डाला। 2014 के बाद हमारे देश में जब मोदी जी की सरकार आई और मोदी जी ने एक बदलाव किया और आज देखिए चाहे राम मंदिर हो, कि राम मंदिर का निर्माण शुभारंभ हुआ, आज देखिए ज्ञानव्यापी मंदिर में शिव जी की प्रतिमा मिली है, उसको सील करने के लिए कहा गया और हमने विकास के साथ साथ हमने अपनी संस्कृति को भी बढ़ाने का काम किया है और आज मोदी जी के नेतृत्व में हमारा ये देश एक मजबूत भारत, एक मजबूत और एक सशक्त भारत का सपना जो हम लोग बचपन में सुना और देखा करते थे और आज वो हमें साकार होते हुए दिख रहा है। बिट्टर प्रदेश अध्यक्ष ओबीसी मोर्चा पंजाब, आज साढ़े बहुत ही सत्कार जो ओबीसी मोर्चा के राष्ट्रीय महामंत्री और सांसद श्री संगमलाल गुप्ता जी का पंजाब प्रवास का दौरा सी, अज विशेष तौर पर फतेहगढ़ साहब गुरुद्वारे नतमस्तक होने वास्ते आए हैं। इतने आके मन में बहुत ही सुकून मिलया, नवी शक्ति मिली इस गुरुद्वारे के नतमस्तक होने तो बाद। जिस ढंग ना सांसद जी ने दसिया कि साढ़े तो उपर मुगलों ने किस तरह का अत्याचार किया, अज उसकी इस स्थान के उपर भी मुगलों ने बहुत वड्डा अत्याचार किया ही, और अज छोटे साहबजादियों नूं जब उन्होंने दीवारा च चनाया गया उन्होंने नतमस्तक हो के इस गुरुद्वारा साहब को नवी शक्ति ली है और खास करके बाबा मोती लाल जी मेहरा जिन्होंने उन्होंने दुध पिलाया से और उन्होंने उपर कितना वड्डा अत्याचार किया उस टाइम के मुगलों ने, और बाबा मोती लाल महाराज जी उस मेहरा समाज चो ने जो ओबीसी समाज का एक हिस्सा मेहरा समाज पंजाब के लिए बहुत वड्डा उत्थे भी नतमस्तक होए हैं। इस करके गुरुद्वारा साहब ध्यान के आप इतने नतमस्तक होए हैं। जिला अध्यक्ष ने प्रदीप गर्ग जी आए हैं साढ़े नाल, भारतीय जनता पार्टी के प्रदेश के सैक्टर ओबीसी मोर्चा के प्रभारी शिवराज चौधरी जी भी इतने पहुंचे ने, क्योंकि सारे साथियों के नाल आप नतमस्तक होने वास्ते आशीर्वाद लैन वास्ते और बीजेपी की चढ़ती कला वास्ते अरदास करने वास्ते इतने आए। सर मैं शिवराज, प्रदेश सचिव भारतीय जनता पार्टी। आज हमारे ओबीसी मोर्चा के ऑल इंडिया महामंत्री एमपी साहब का आज यहाँ पंजाब में आगमन हुआ, बड़े सौभाग्य की बात है हमारे लिए कि हमें आज एक ऐतिहासिक गुरुद्वारा साहब के अंदर चरण स्पर्श हमने आज आके नतमस्तक हुए और आशीर्वाद प्राप्त किया और पूरे देश के लिए पंजाब वासियों के लिए पूरे अमन और शांति का एक निवेदन किया गया परमात्मा। खबर लेंदे गुरदासपुर तो, मीनाकारी करन वाले शिल्पकार दा कीता गया सन्मानित। मीनाकारी करन वाले शिल्पकार दा सन्मानित कीता गया, खास करके ओ दस्तकारी काम जिहड़े कि हत्थां दे नाल कीते जांदे ने और किस तरह किन्नी उम्र दे विच जिहड़ा सन्मान है उन्हां नूं मिलिया है। आओ मारदे इस खबर ते नज़र। मैनूं करीबन कोई 45 साल हो गया। किथे किथे काम कीता? मैं पहले फौज दे विच गया सी, मुंबई इंजीनियर, उस तो बाद पोस्ट गरजौरी हो जोरी गन्ना का मतलब काम किया, पित्तल दियां गन्ना होंदियां सी ते उत्थे गन्ना दे पहिए बनाए। उस तो बाद मैं फिर चंडीगढ़ आ गया, चंडीगढ़ तो फिर असीं नागालैंड चल गए। नागालैंड जा के उत्थे काम दा मैनूं बहुत जोर पिया। उत्थों आण के फिर असीं करीबन सागर आ गए मध्य प्रदेश, उत्थों श्रीलंका भेज दिता। श्रीलंका जो आन के फिर असीं गए 5 डे और शाम च उत्थे जाके मीनाकारी का काम मैनूं बहुत ज़्यादा पै गया। ना दिन ना रात अफसर सौं देना, किसी ने आखना गणेश की मूर्ति बना के दिओ, किसी ने आखना हाथी बना के दिओ, किसी ने आखना कृष्ण की मूर्ति बना के दिओ। ये मैं काम करता रहा। उस तो बाद मैं हरनाचल जो रिटायरमेंट लैके घर आ गया। आन के खेतीबाड़ी करता ही,
तो मेरी जूंट इतने दीनानगर आई, वो आते भी तू एडा वा कारीगर हो गए तो खेतीबाड़ी कर दुकान क्यों नहीं खोली। उन्होंने मैं अर्ज अपना रजौरी फिर उन्हें डिप मैं बुला लिया, रजौरी जाके मैं डिप के अंदर काम किया, उत्थे डेढ़ डेढ़ दो लख का काम दिता, उतों फिर मैं आके दिखा। फौज जिहड़े काम करदे रहे उहदे पैसे भी लैंदे रहे? नहीं, मैं पैसे नहीं, क्योंकि मैं नौकरी करता ही जिस तरह अफसर ने कहना उहदे मुताबिक करना पैना मैनूं। हूँ बहुत ज्यादा फर्क है, जो पहले नकाशी का कोई मुल है कम करते ही मुल हैगा ही, अजकल कोई मुल नहीं, अजकल कोई पुछता भी नहीं। किन्ना कु काम कीता फौज च? किन्ना कु काम कीता? काम मैं फौज का तो इतना दस ही नहीं सकता जिन्ना कु मैं काम कीता। की कीता? जब वार्ड दो मैनू मिले सी, इन्हां ने एक मैनू फाइव डे दे अंदरों मिलिया ही, एक मैं 36 डिब के श्रीलंका च मिले ही, वह भी काम के सुर मिलया, वह भी एक जापान चो ट्राली बन के आए ही, जनरल साहब कहता ही ये नाल मैं बना के दौ, वह मैं मद्रास सन के बनाई। हूँ की कर रहे? हूँ मैं अपना काम ही है, दुकान खुली है, ये मैं अपना ही काम शुरू किया, जिसे मेरा एक बेटा है, उस बेटे को भी नाल मैं हूँ थोड़ा थोड़ा काम दसी जा रहा। दरवाजे खिड़कियां हर चीज मैं तैयार करा। केड़ा खास काम है जिहड़ा कीता होए जिहड़ा अज भी याद आंदा होए? जिहड़े मतलब लकड़ दे काम ते बहुत ज्यादा खास खास कीते ने, गुरुद्वारिआं मंदरां मस्जिदां किथे ही मैनूं मिल गया, मैं वह काम किया फौज दे विच भी रह के गुरुद्वारे मंदिर तो मतलब काम मैं किया ही किया ज़्यादा तो वह गुरुद्वारा मंदिर च ये चीज़ा लाने घर तो बहुत घट लाते, वो तो कोई अफसर ही लाता वाला। कोई याद है कोई गुरुद्वारे पुराना काम किया अज तक चलता हो? तो तकरीबन गुरुद्वारे तो इतने किया गुनोपरा लागे ही है, वो दरवाजे खिड़कियाँ चाड़ी, फिर चंद्रभाना उत्थे भी गुरुद्वारे काम किया, वह भी ठीक है चलन डाया। अजकल किन्नी की डिमांड है काम की? दूसरे जड़े लोकल कम है ने मेरे को करीबन जो घर के कोठियाँ है वह तो कम बथेरा आ जाता, मतलब गुजारे जोगा कम मेरा हो जाता, तो जोड़ा अचक निकासी का कम वो नहीं आता, निकासी का कम घट गया, वो तो गुरुद्वारे मंदिर के जो कोई कम है वह थोड़ा बहुत हों। बाकी जो कम करते हो लकड़े कि लकड़ी वरती जाती है? ये सागवान शीशम टाली लकड़ जिन्हों कहते हैं तैयार कर देना, डिजाइन मैं फोटो देने पेगी आ चीज हम तैयार कर, वो सेम टू सेम वह चीज जी मैं तैयार करके दे दूंगा। काम कि तो सीखा ही काम मैं ये जाके मतलब के अपना सहारनपुर तो सीखा ही, उन्होंने मैं अटैचमेंट मेरी यूनिट ने भेजा ही सहारनपुर, तो सहारनपुर एक बुरे बुरा लुहार से उसके को मैं काम सीखा है, उन्हें मैं बड़ा 3-4 महीने में ट्रेनिंग देती। कितों की गल है? ये तकरीबन 86 की गल है। 86 तो लगातार काम किया? लगातार ही कर रहा। खबर लेने गुरदासपुर तो, सुपना पूरा करना हो जिंदगी का हर जिहड़ा संघर्ष है करना ही पैंदा है। गुरदासपुर के विच भी एक लड़के ने अपने सुपने नूं साकार किया है, कि बना के साकार किया है वेखते हैं खबर। और मैं न्यू टैलेंट शो करवा रहा है डांसिंग स्टार स्टूडियो मेरा अजनाले विच, जो मैं बच्चों का टैलेंट बाहर कढ़ना चाहना है, मैं पिंड पिंड विच जाके बच्चों का टैलेंट इकट्ठा किया हो, पैदल जा किया हो, ना मेरे को बाइक ना कोई गड्डी, फिर भी मैं बच्चों का टैलेंट खुद बाहर कढ़ना चाहना। मैनू घर विच बिल्कुल सपोर्ट नहीं सी, पर मैं चाहना भी हर कोई पेरेंट्स सपोर्ट करे अपने बच्चे नूं, जिद्दां मैनू नहीं सपोर्ट किया हो पर फिर भी मेरे पेरेंट्स अज मैनू सपोर्ट कर रहे हो, और मैं डांसिंग स्टार स्टूडियो विच पहुँच चुका हुआ, न्यू टैलेंट शो करा दिता होया। हैप्पी जी, एक छोटे जे पिंड जो उठ के एडा वड्डा उपराला करना, कितने ना कितने बड़िया मुश्किलों का सामना भी करना पैंदा, कितने ना कितने आके फिर एक पास घर का भी सहयोग नहीं तुसीं दस्या, पर हुण किदां दा सहयोग है घर वालों? सर एक्चुअली मैं हजे रेंट पर रह रहा हाँ, फिर भी मैं स्टूडियो रेंट पर लिया होया, उहदे विच मैं रेंट कई बच्चों नूं फ्री भी सिखा रहा हाँ, बहुत मुश्किलों का सामना किया हो, पैदल जा धुप्पे जा मेहनत की हुई है, अज मेरी मेहनत मैनू विश्वास नहीं हो रहा मैं इतने तक पहुँच चुका हूँ।
मैनेज करते हो फिर सारा घर का खर्चा भी करना परिवार भी तुसी दस्या कि मैं एडा मतलब कि नहीं हैगा कि जिस दे नाल घर दा गुजारा भी चल सके फिर किदा सारा मैनेज करदे परिवार मैनेज सर देखो हजार हजार रुपये फीस है बच्चे ओहदे विच मैं सारा मैनेज करदा रेंट भी तारदा स्टूडियो का घर का थोड़ा बहुत खर्चा चला लैना घर घर विच क्लास ला जाना है फिर घर बार दा मतलब माँ बाप का नहीं सी साथ अगों विआह हो जांदा वा घर दी दा किन्ना कि सहयोग रहिंदा नाल चलो मेरे नाल मैमरीटा सपोर्ट वाहवा कर रहे उन्हां दे नाल ही मैं इत्थे तक पहुँच चुका है उन्हां दी सपोर्ट सी फिर मैं शो करवा चुका एक्चुअली प्रोफेशनली मैं साइंस टीचर हाँ जिदा मतलब प्राइवेट टीचर हाँ मैं स्कूल विच ते मेरे हसबेंड मतलब डांस नू मतलब डांसिंग स्टार स्टूडियो चला रहे अजनाले विच सिर्फ साडा ही स्टूडियो है अजनाले विच पहला स्टूडियो जिहड़ा इन्होंने खोलिया ते अज मतलब साडे स्टूडियो विच फिर भी मतलब काफ़ी बच्चे आहोजे भी बच्चे आ जिन्हों मतलब खुद ही सपोर्ट कर रहे हैं खुद ड्रेसिज उन्हों का सारा खर्चा भी चुका हुआ वा इतों तक कि उन्होंने स्टडी का भी अगर पैंता वा तो वह भी खर्चा ही चुकते हैं तो मेरी प्राइवेट जॉब आ इन्हों का जोड़ा स्टूडियो वा तो ये मतलब क्लासिज लगाते ऑनलाइन भी क्लासिज मिल जाए वो भी लगाते कैनेडा द्लासिज ज मतलब बहर दॉरन क्लासिज भी लगाते वो ही अगर मतलब होम टू होम जाके डोर टू डोर जाके भी ये क्लासिज मतलब दे रहे हैं बच्चों तो जिदा मतलब इन्होंने टैलेंट इकट्ठा किया हो कि न्यू टैलेंट शोए करवा रहे हैं हर एक स्कूल में ये गए हैं पिंडा के तुर तुर के भी गए हैं कई स्कूल बहुत ज़्यादा मेहनत है कि मतलब अज इतों तक ये पहुँचे है कि मतलब ग्रैंड फिनाले तक साढ़े बच्चे पहुँच चुके हैं इन्हों का उपराला यह सी कि ला लो कि अगर गरीब बच्चे आ तो उन्होंने पेरेंट्स उन्होंने सपोर्ट नहीं करते जिमें इन्हों मतलब सपोर्ट नहीं सी मिली पहला डांस में तो डांस में सपोर्ट लोग बहुत ज़्यादा घट कर रहे हैं भंगड़े तो इन का यह सी अगर के किसी ने सपोर्ट नहीं की तो मैं जोड़े बच्चे आ उन्होंने मैं सपोर्ट करा तो इन्होंने की किया वा पिंड जाके बच्चों का टैलेंट इकट्ठा किया वा तो अज ग्रैंड फिनाले तक बच्चों लैके आए आ सानू उम्मीद आ कि साढ़े बच्चे अगर जे इकट्ठे किए भी आ तो वह अज वे लैवल पर पहुँचे छोटे जे उपराले के नाल खबर लेंदे लुधियाने तो विधायक दे नाल मोटर ते ट्रैक्टर एसोसिएशन वालों अपनियां कुछ मंगां नूं लैके मीटिंग कीती गई है आओ मारदे इस मीटिंग ते नज़र मोटर पार्ट्स वालियां ने अज मीटिंग रखी है मेरे हल्के दी सारे व्यापारी अज कट्ठे होए आ मैं इन्हां नूं विश्वास दवाया जिहड़ियां जिहड़ियां इन्हां दीआं मंगां ने पहल दे आधार ते करूँगा और पूरियां करूँगा और मैं तुहाडे राही भी दसना चाहुंदा वां कि ना तो हुण पहले वालियां सरकारां रहियां ना रहे पहले वाले बंदे ना रिश्वतखोरी किसी व्यापार च चलन देनी है ना किसी बाजार च चलन देनी है मैं सारिआं नूं यही कहूँगा भी आओ आपां पंजाब दी तरक्की ते पंजाब दी खुशहाली लई रल के सारे मोढ़े ना मोढ़ा ला के कम करिए इस करके अपना पंजाब हसदा पंजाब बसदा पंजाब पंज दरियावां दी धरती पंजाब उह बणाईए बहुत बहुत धन्नवाद तुहाडा अज्ज दी लुधियाणा मोटर एंड ट्रैक्टर पार्ट ट्रेडर एसोसीएशन की एक जनरल बॉडी की मीटिंग हुई है जिहदे विच तकरीबन 125 तो 30 दे दरमियान मैंबर साढ़े पहुँचे ने और अज्ज दी मीटिंग दे विच व्यापार के मसलों संबंधी एजेंडा एक तैयार किया गया और सारे मैंबर साहबान की गल्लां नूं सुन के असी जो इन्हां दी ट्रेड दे संबंधी मुश्किलां आईयां असी अपने MLA साहबान अगे रखियां ने और सानूं पूरी उम्मीद है कि साढ़े मसले पहल दे आधार ते हल होणगे और असी समुचे होर जो इस स्टेट के नाल जुड़े हुए लोग ने चाहे वह लुधियाने के किसी भी कोने च रहिंदे आ असी तुहानूं गुजारिश करदे आ कि साढ़े नाल आ के लगो तां जो असी रल मिल के एक वड्डी टीम बना के होर भी जो मसले ने इहनूं हल करा सकीए और ट्रेड संबंधी जिवें प्रेजिडेंट साहब ने जिवें चेयरमैन साहब ने दस्सिया तुहानूं कि साढ़े बाज़ार दे विचों जो होलसेल दी हब आ जो पंजाब दी सब तो वड्डी मंडी आ जिहदे उपर पूरा पंजाब नहीं बल्कि नॉर्थ इंडिया इस मंडी के उपर डिपेंडेंट है होलसेल होने के कारण असी स्टेट गौरमेंट तो यह उम्मीद रखते हैं कि साढ़े मैंबर साहबान किसी भी तुसीं अपनी टीम के शामिल करो चाहे वह तुहाडी कोई कमेटी बनती है चाहे GST की कमेटी बनती है या होर भी कोई सरकारी अदारे ने जो ट्रेड नाल संबंध रखते हो अगर साढ़े मैंबर लोगे सानू सौखा होगा साड़ी आवाज़ नूं उत्थे पहुँचाउणा और पंजाब सरकार जो आम आदमी पार्टी की बनी है बहुत अच्छे तरीके नाल काम कर रही है और सानू व्यापारियों नूं खास करके बहुत उम्मीदा ने कि जो लुधियाणा ਦਾ ਭਲਾ ਹੋ ਸਕੇ ਖਾਸ ਕਰਕੇ ਟਰੱਕ ਐਂਡ ਟਰੈਕਟਰ ਪਾਰਟਸ ਸਪੇਅਰ ਮਾਰਕੀਟ ਦਾ ਵੀ ਅਸੀਂ ਕੰਮ ਕਰਵਾ ਕੇ ਸਮੁੱਚੇ ਲੋਕਾਂ ਦਾ ਟ੍ਰੇਡਰਾਂ ਦਾ ਭਲਾ ਕਰ ਸਕੀਏ ਜੀ ਧੰਨਵਾਦ
ਸਾਡੇ ਵੱਲੋਂ ਡਿਮਾਂਡ ਕੀਤੀਆਂ ਗਈਆਂ ਸਾਡੇ ਵੈਟ ਔਰ GST ਰਿਫੰਡ ਸਾਨੂੰ ਜਲਦੀ ਤੋਂ ਜਲਦੀ ਦਿਵਾਏ ਜਾਣ ਜੋ ਪਹਿਲੇ ਬਹੁਤ ਜ਼ਿਆਦਾ ਲੇਟ ਨੇ ਔਰ ਸਾਡੇ ਇੱਥੇ ਸਾਡੇ ਜਿਹੜੀ ਐਸੋਸੀਏਸ਼ਨ ਹੈ ਇਹਨੂੰ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣਾਏ ਜਾਣ ਸੇਲ ਟੈਕਸ ਔਰ ਇਨਕਮ ਟੈਕਸ ਦੀ MLA ਸਾਹਿਬ ਕਹਿ ਗਏ ਕਿ ਤੁਹਾਡੇ ਜੋ ਵੀ ਡਿਮਾਂਡਸ ਰੱਖੀਆਂ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਔਰ ਕੋਈ ਵੀ ਡਿਮਾਂਡ ਤੁਹਾਡੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਏਗੀ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਆਪਣੇ ਏਰੀਏ 'ਚ ਸਾਨੂੰ ਸਫਾਈ ਕਰਮਚਾਰੀ ਚਾਹੀਦੇ ਨੇ ਆਪਣੇ ਏਰੀਏ 'ਚ ਅਸੀਂ ਇਹ ਡਿਮਾਂਡਸ ਰੱਖੀਆਂ ਨੇ ਔਰ ਸਭ ਤੋਂ ਸਾਡੀ ਮੇਨ ਡਿਮਾਂਡ ਹੈ ਵੈਟ ਸਾਡੇ ਜੋ ਪੁਰਾਣੇ ਖੜੇ ਨੇ ਔਰ GST ਰਿਫੰਡ ਖੜੇ ਨੇ ਉਹ ਸਾਨੂੰ ਦਿੱਤੇ ਜਾਣ ਥੈਂਕ ਯੂ ਖਬਰ ਲੈਂਦੇ ਹਾਂ ਲੁਧਿਆਣੇ ਤੋਂ ਸਟਾਫ ਤੇ ਡਰਾਈਵਰਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਹਸਪੀਟਲ ਦੇ ਬਾਹਰ ਬਕਾਇਦਾ ਤੌਰ ਤੇ ਧਰਨਾ ਪ੍ਰਦਰਸ਼ਨ ਕੀਤਾ ਹੈ ਕਿਉਂ ਕੀਤਾ ਹੈ ਕਿਉਂ ਨਾਅਰੇਬਾਜ਼ੀ ਕੀਤੀ ਹੈ ਵੇਖਦੇ ਹਾਂ ਖਬਰ ਜਿਹੜਾ ਤੁਸੀਂ ਬੈਠੇ ਹੋ ਸਟਾਫ ਕਿਹੜਾ ਹੈ ਇਹ ਵੀਰੇ ਸਾਰਾ ਸਟਾਫ ਹੀ ਆ ਨਰਸਾਂ ਵੀ ਨੇ ਜੀ ਡਰਾਈਵਰ ਵੀ ਆ ਸਫਾਈ ਸੇਵਕ ਵੀ ਆ ਸਾਰੇ ਹੀ ਆ ਜੀ ਸਰ ਉਹਨਾਂ ਨੇ ਕਿਹਾ ਵੀ ਕੋਈ ਇਹਨਾਂ ਦੇ ਵਿੱਚ ਨਰਸ ਨਹੀਂ ਬੈਠੇ ਵੀ ਸਫਾਈ ਵਾਲੇ ਸਟਾਫ ਆ ਸਾਰੇ ਨਹੀਂ ਜੀ ਸਾਰੇ ਆ ਜੀ ਨਰਸਾਂ ਹੀ ਨੇ ਸਾਰੀ ਦਿਵਾਲੀਆਂ ਬੈਠੇ ਆ ਸਾਰੇ ਵਰਦੀ ਆ ਜੀ ਉਹਨਾਂ ਦੀ ਮੈਡਮ ਉਹ ਫਿਰ ਕੀ ਮੰਗਾਂ ਨੇ ਤੁਹਾਡੀਆਂ ਮੰਗਾਂ ਤਾਂ ਜੀ ਕੋਈ ਵਾਲੀਆਂ ਨਹੀਂ ਗਿਆ ਅਸੀਂ ਧੜਦੇ ਮਾਰੇ ਤੁਰੇ ਫਿਰਦੇ ਹਾਂ ਜੀ 30-35 ਕਿਲੋਮੀਟਰ ਤੋਂ ਚੱਲ ਕੇ ਆਉਣਾ 100 ਦਾ ਤੇਲ ਲੱਗ ਜਾਂਦਾ ਜੀ ਸਾਡੀ ਤਨਖਾਹ ਪਤਾ 10 ਸਾਲ ਹੋ ਗਏ ਜੀ ਮੇਰੀ ਕੱਟ ਕੇ ਮੈਨੂੰ 11,000 ਰੁਪਇਆ ਮਿਲਦਾ ਜੀ ਮੈਨੂੰ 10 ਸਾਲ ਹੋ ਗਏ ਜੀ ਲੱਗੇ ਨੂੰ 2012 'ਚ ਲੱਗਿਆ ਸੀਗਾ ਜੀ ਮੈਂ ਹੈਵੀ ਡਰਾਈਵਰ ਹਾਂ ਜੀ ਬੱਸ ਚਲਾਉਂਦਾ ਵਾਂ ਅਤੇ 10 ਸਾਲ ਹੋ ਗਏ ਮੈਨੂੰ ਲੱਗੇ ਨੂੰ ਰੈਕ ਸਾਲ ਪਿਛਲੇ ਸਾਲ ਇਹਨਾਂ ਨੇ 7.5% ਦਾ ਐਲਾਨ ਕੀਤਾ ਸੀਗਾ ਜੀ ਪਰ ਐਲਾਨ ਹੀ ਰਹਿ ਗਿਆ ਵਧਾਈ ਸਾਡੀ 5% ਆ ਜੀ ਅਤੇ ਹੁਣ ਤੁਸੀਂ 12.5% ਦੀ ਮੰਗ ਦਾ ਹਾਂਜੀ 2.5% ਪਿਛਲਾ 10% ਹੋਣ ਵਾਲਾ ਜੀ ਉਹਨਾਂ ਨੇ ਕਿਹਾ ਵੀ 12.5% ਦਾ ਕੋਈ ਇਸ਼ੂ ਨਹੀਂ ਹੈ ਨਹੀਂ ਉਹੀ ਇਸ਼ੂ ਆ ਜੀ ਉਹ ਕਹਿੰਦੇ ਸੀਗੇ 2-4 ਦਿਨ ਬਾਅਦ ਅਸੀਂ ਦੇ ਦਾਂਗੇ ਹਾਂਜੀ ਤੁਹਾਡਾ ਉਹੀ ਇਸ਼ੂ ਆ ਸਰ ਜਿੱਦਾਂ ਹੁਣ 12.5% ਨਹੀਂ ਮੰਗ ਪੂਰੀ ਕਰਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ ਹਾਂਜੀ ਜਾਰੀ ਰਹੂਗਾ ਜੀ ਤੇ ਜਿਹੜਾ ਕੋਈ ਐਮਰਜੈਂਸੀ ਕੋਈ ਮਰੀਜ਼ ਆਵੇ ਉਹ ਐਮਰਜੈਂਸੀ ਅਸੀਂ ਲੈਨੇ ਆ ਜੀ ਐਮਰਜੈਂਸੀ ਚੱਲ ਰਹੀ ਆ ਤੇ ਐਮਰਜੈਂਸੀ ਸਟਾਫਾਂ ਵੀ ਨੇ ਜੀ ਐਮਰਜੈਂਸੀ ਸਾਡਾ ਡਰਾਈਵਰ ਵੀ ਬਿਠਾਇਆ ਹੋਇਆ ਐਮਰਜੈਂਸੀ ਸਾਰੀ ਚੱਲੇ ਐਮਰਜੈਂਸੀ ਵੀ ਰੁਕੀ ਕਿੰਨੇ ਬੰਦੇ ਲਾਏ ਸੀ ਤੁਸੀਂ ਐਮਰਜੈਂਸੀ ਦੇ ਐਮਰਜੈਂਸੀ ਦੇ ਜੀ 2 ਡਰਾਈਵਰ ਬੈਠੇ ਸੀ ਸਾਡੇ ਉੱਥੇ ਹਾਂਜੀ ਐਮਰਜੈਂਸੀ ਆਊਗੀ ਜ਼ਰੂਰ ਹਾਂਜੀ ਅਸੀਂ ਉਹ ਚੱਕਣੀ ਐਮਰਜੈਂਸੀ ਕੋਈ ਵੀ ਹੋਵੇ ਸਾਡੀ ਸਟਾਫ ਵੀ ਸਾਂਭੂ ਸਾਡੇ ਡਾਕਟਰ ਸਾਹਿਬ ਵੀ ਸਾਂਭਣਗੇ ਐਮਰਜੈਂਸੀ ਨਹੀਂ ਰੋਕਣੀ ਜੀ ਅਸੀਂ ਠੀਕ ਹੈ ਤੇ ਲੇਕਿਨ ਜੇ ਉਹਨਾਂ ਨੇ ਡਾਕਟਰਾਂ ਵੱਲੋਂ ਦੱਸਿਆ ਗਿਆ ਵੀ ਜਿਹੜਾ ਵੀ ਇਹਨਾਂ ਦੇ ਵਿੱਚ ਕੋਈ ਡਾਕਟਰ ਹੈ ਕੋਈ ਨਰਸ ਨਹੀਂ ਹੈ ਵੀ ਜਿਹੜੇ ਨਹੀਂ ਜੀ ਇਹ ਸਟਾਫਾਂ ਸਾਡੀਆਂ ਭੈਣਾਂ ਨੇ ਛੋਟੀਆਂ ਇਹ ਸਟਾਫਾਂ ਨੇ ਜੀ ਇੰਚਾਰਜ ਵੀ ਹੈਗੇ ਇੰਚਾਰਜ ਸਾਹਿਬ ਵੀ ਬੈਠੇ ਨੇ ਇਹ ਸਫਾਈ ਸੇਵਕ ਆ ਮੈਂ ਡਰਾਈਵਰ ਹਾਂ ਜੀ ਸਾਡੀ ਹੋਰ ਕੋਈ ਮੰਗ ਨਹੀਂ ਸਰ ਨਾ ਕੋਈ ਸਾਨੂੰ ਹੋਰ ਕੋਈ ਦੁੱਖ ਹੈ ਦੁੱਖ ਸਾਡਾ ਇਹੀ ਆ ਜੀ ਵੀ ਸਾਡੀ ਸੈਲਰੀ ਵਧਾਈ ਜਾਵੇ ਤਾਂ ਸਾਰੇ ਜਦੀ ਧਰਨਾ ਚੱਕਾਂਗੇ ਜੀ ਹਾਂਜੀ ਸਰਕਾਰ ਸਾਹਿਬ ਤੋਂ ਇਹੀ ਮਾਨ ਸਾਹਿਬ ਤੋਂ ਮੰਗ ਕਰ ਰਹੇ ਹਾਂ ਇਹ ਜਿਹੜੇ ਹਸਪੀਟਲਾਂ ਸਾਡੀਆਂ ਤਨਖਾਹਾਂ ਨਹੀਂ ਵਧਾਈਆਂ ਜਾਂਦੀਆਂ ਇਹ ਹਸਪੀਟਲਾਂ 'ਤੇ ਨਿਗਾਹ ਮਾਰਨ ਗਰੀਬਾਂ ਦਾ ਭਲਾ ਕਰਨ ਅਸੀਂ ਸਰਕਾਰੀ ਨੌਕਰੀਆਂ ਨਹੀਂ ਮੰਗਦੇ ਸਾਡੀਆਂ ਪ੍ਰਾਈਵੇਟ ਹੀ ਨੌਕਰੀਆਂ ਕਾਇਮ ਰਹਿਣ ਸਾਡਾ ਘਰ ਚੱਲੇ ਜੀ ਅਸੀਂ ਬਹੁਤ ਔਖਿਆਂ ਮਹਿੰਗਾਈ ਸਿਰੇ ਚੜ ਗਈ ਜੀ 180 ਰੁਪਏ ਦਾ ਪੈਟਰੋਲ ਹੈ 180 ਦੀ ਤੇਲ ਦੀ ਬੋਤਲ ਹੈ ਜੀ ਸਾਨੂੰ 10-10 ਸਾਲ ਹੋ ਗਏ ਲੱਗਿਆਂ ਨੂੰ ਸਾਡੀਆਂ ਤਨਖਾਹ ਕੱਟ ਕੇ 11,000 ਰੁਪਇਆ ਮਿਲਦੀ ਹੈ ਸਰ ਕਿੰਨਾ ਸਟਾਫ ਹੈ ਇਹਦੇ ਟੋਟਲ ਸਟਾਫ ਕਿੰਨਾ 8,500 ਜੀ ਹੈਲਪਰਾਂ ਦੀ ਉਹ ਸਟਾਫ ਕਿੰਨਾ ਬੰਦਾ ਸਟਾਫ ਦਾ ਜੀ ਕਿੰਨੇ ਹੈ ਜੀ 400-500 ਬੰਦਾ ਜੀ ਸਟਾਫ ਦਾ ਸਾਰੇ ਧਰਨੇ ਦੇ ਬੈਠੇ ਹਾਂਜੀ ਸਾਰੇ ਅੱਧੇ ਨਾਈਟ ਤੇ ਆ ਕੋਈ ਐਮਰਜੈਂਸੀ 'ਚ ਸਟਾਫ ਖੜੀ ਆ ਖੜਿਆ ਅਤੇ ਡਰਾਈਵਰ ਐਮਰਜੈਂਸੀ ਚੱਕ ਰਹੇ ਸਾਰਾ ਕੁਛ ਕਰਦੇ ਆ ਪਰ ਅਸੀਂ ਪਰਚੀਆਂ ਨਹੀਂ ਇਕੱਲੀਆਂ ਕੱਢਦੇ ਹਾਂਜੀ ये हुआ आज मुझे 34 साल हो गए लगे को आज ना मेरी 15,000 या 12,000 10-11,000 भी नहीं तनख्वाह हुई मतलब मैं इसे इतना काम करती हूँ सारे स्टाफ ऐसे ही धक्के खा रहा है यहाँ पे सबको डराते हैं तो मैं 2% ले लो 4 ले लो 5 ले लो ऐसे काम चलता है धमकी भी देते हैं धमकी देते हैं बाहर निकाल देंगे जो कोई ज़्यादा बोल लेगा तो अगर एक को बाहर निकालेंगे तो एक दूसरे का साथ दोगे हम तो सबका साथ देते हैं बीच में बैठे हैं चलता गुरु टेग बहादुर साहब दे ਉਹਨੂੰ ਦੀ ਵੀ ਸਾਰੀ ਇਹਨਾਂ ਨੂੰ ਛੁੱਟੀਆਂ ਕੱਟ ਲਈ ਅੱਛਾ ਜਿਹੜੀ ਸਾਡੀ CLEL ਬਣਦੀ ਸੀ ਉਹਨਾਂ 'ਚ ਵੀ ਥੋੜ੍ਹੀ ਥੋੜ੍ਹੀ ਕੱਟ ਲਈ ਪਨ ਪਰ ਸੱਚ ਆਇਆ ਬਈ ਨਗਰ ਕੀਰਤਨ ਬੰਦ ਕਰਤਾ ਲੋਕਾਂ ਨੇ ਜਿਸਕੇ ਨਾਮ 'ਤੇ ਲੋਕ ਆਉਂਦੇ ਸੀ ਜਾਂਦੇ ਸੀ ਇਹਦੇ ਕਹਿਣਾ ਮਤਲਬ ਰਾਜਨੀਤੀ ਜ਼ਿਆਦਾ ਇਹਦੇ ਹਾਂ ਰਾਜਨੀਤੀ ਜਾਣਾ ਆਪਣਾ ਝੋਲਾ ਭਰ ਦਿੰਦੇ ਆਪਣੇ ਘਰ ਚਲੇ ਜਾਂਦੇ ਸਾਰੇ ਇੱਥੇ ਮੈਰੀਮੈਂਟ ਵਾਲੇ ਭਰਦੇ ਨੇ ਜਿਹੜੀ ਮੈਂਬਰਸ਼ਿਪ ਹੈ ਜਿਹੜੀ ਇੱਥੋਂ ਦੀ ਹਾਂ ਹਾਂ ਜਿਹੜੀ ਮੈਂਬਰਸ਼ਿਪ ਹੈ ਉਹੀ ਇਹ ਕੰਮ ਕਰਦੀ ਜਿਹੜੇ ਹੋਰ ਚਮਚੇ ਨਾਲ ਲੱਗ ਜਾਂਦੇ ਉਹਨਾਂ ਦੀ ਝੋਲੀ ਭਰ ਦਿੰਦੇ ਕਦੀ ਕਾਗਜ਼ ਦੇ ਵਿੱਚ 1,000 ਫੜਾ ਦਿੰਦੇ ਕਦੀ 2,000 ਫੜਾ ਦਿੰਦੇ ਵੀ ਤੁਸੀਂ ਬੋਲੋ ਨਾ ਐਡੀ ਵੱਡੀ ਗੱਲ ਕਹਿ ਰਹੇ ਹੋ ਰੋਪ ਲਾ ਰਹੇ ਹੋ ਇਹਨਾਂ ਦੇ ਸਟਾਫ ਦੇ ਮੈਂਬਰਾਂ ਦੇ ਕੋਈ ਗੱਲ ਨੀ ਬਥੇਰਾ ਕੰਮ ਹੈਗਾ ਬਾਹਰ ਹਾਂ ਅਸੀਂ ਕਿਹੜੇ ਡਰਦੇ ਆ
ਬਾਕੀ ਦਾ ਸਟਾਫ ਡਰਦੇ ਪਏ ਸੀ ਵੀ ਨਹੀਂ ਕੈਮਰਾ ਨਾ ਚਲਾਓ ਨਹੀਂ ਨਹੀਂ ਕੋਈ ਨਹੀਂ ਮੈਂ ਤੁਹਾਡਾ ਮੀਡੀਆ ਦੇ ਸਾਹਮਣੇ ਸੱਚਾਈ ਨਹੀਂ ਦੱਸਣੀ ਚਾਹੀਦੀ ਨਹੀਂ ਨਹੀਂ ਦੱਸਣੀ ਚਾਹੀਦੀ ਜੇ ਤੁਹਾਡੇ ਲੋਕ ਕਹਿ ਰਹੇ ਵੀ ਨਹੀਂ ਕੈਮਰਾ ਬੰਦ ਕਰੋ ਕੈਮਰਾ ਬੰਦ ਕਰੋ ਨਹੀਂ ਨਹੀਂ ਉਹਨਾਂ ਨੂੰ ਕਹੋ ਪੁੱਛੋ ਇੱਕ ਵਾਰੀ ਉਹਨਾਂ ਨੇ ਉੱਤੇ ਕਰਾ ਦਿਓ ਪਾਸੇ ਦੇ ਕਹਿੰਦੇ ਵੀ ਅਸੀਂ ਬਹੁਤ ਕੁਝ ਇਹ ਵੀ ਅੱਗੇ ਵਧਾਂਗੇ ਅੱਗੇ ਵਧਾਂਗੇ ਤੁਸੀਂ ਚਲੋ ਮੀਡੀਆ ਦੇਖ ਕੇ ਤੁਸੀਂ ਕਹਿੰਦੇ ਵੀ ਨਹੀਂ ਨਹੀਂ ਸੱਚਾਈ ਨਹੀਂ ਨਹੀਂ ਉਹਨਾਂ ਨੂੰ ਤਨਖਾਹ ਪਤੀ ਉਹ ਬੈਠੇ 2500 ਰੁਪਏ ਉਹਨਾਂ ਨੂੰ ਕਹਿਆ ਸੀ ਤੇ ਤੁਹਾਡਾ ਡਾਕਟਰ ਦਾ ਸਟਾਫ ਹੀ ਕਹਿ ਰਹੇ ਨਰਸਾਂ ਦਾ ਵੀ ਕੈਮਰਾ ਬੰਦ ਕਰੋ ਕੈਮਰਾ ਨਹੀਂ ਨਹੀਂ ਉਹ ਕਿਸੇ ਨੇ ਕਹਿਆ ਸੀ ਕਿਹਨੇ ਕਹਿਆ ਸੀ ਉਹਨਾਂ ਦੀ ਗੱਲ ਸੁਣੋ ਪਹਿਲੇ ਜਿਹਨੇ ਕਹਿਆ ਵੀ ਤੁਸੀਂ ਕੀ ਚਾਹੁੰਦੇ ਆ ਹੁਣ ਤੁਸੀਂ ਤੁਹਾਡੀ ਮੇਨ ਮੰਗਾ ਕੀ ਨੇ ਮੇਨ ਮੰਗਾ ਤਨਖਾਹ ਦੀ ਗੁਰੂ ਤੇਗ ਬਹਾਦਰ ਹਸਪੀਟਲ ਦੇ ਵਿੱਚ ਕੋਈ ਡਾਕਟਰਾਂ ਵੱਲੋਂ ਨਰਸਾਂ ਵੱਲੋਂ ਸਟਾਫ ਵੱਲੋਂ ਤੇ ਧਰਨੇ ਤੇ ਬਹਿ ਕੇ ਨੇ ਕੀ ਕਹਿਣਾ ਚਾਹੁੰਦੇ ਹੋ ਡਾਕਟਰਸ ਤੋਂ ਨਹੀਂ ਹੈ ਧਰਨੇ ਪੇ ਹਾਂਜੀ ਕੁਝ ਕੁਝ ਸਟਾਫ ਮੈਂਬਰਸ ਹੈ ਧਰਨੇ ਪੇ ਹਾਂ ਲੇਕਿਨ ਉਨਕੀ ਜੋ ਬਾਤੇ ਆਪ ਕਹਿ ਰਹੇ ਹੈ ਕਿ ਇੰਕਰੀਮੈਂਟ ਨਹੀਂ ਲੱਗੀ ਉਹ ਤਾਂ ਹਰ ਸਾਲ ਲੱਗਦੀ ਹੈ इशू तो ये है कि कितना इंक्रीमेंट लग सकता है वो तो हॉस्पिटल की रेवेन्यू पे डिपेंड करता है 12.5% कह रहे हैं वो 12.5% तो कभी भी नहीं लगती है ना 5% हर साल लगती है वो तो ऑलरेडी सैंक्शन है तो मैडम जैसे डॉक्टर साहब देखा जाए वैसे कोई एमरजेंसी को मरीज आ रहा हॉस्पिटल में ये स्टाफ है अगर नहीं देखेगा उसका जिम्मेवार कौन होगा हमारी EMO ड्यूटी पे है और हमारा नर्सिंग कॉलेज है जहाँ ट्रेन स्टाफ है अगर ज़रूरत पड़ेगी तो हम उनको बुला सकते हैं पेशेंट नहीं सफ़र करेगा वो नहीं होगा इन्हों की मांगे हैं जो कब तक मान रहे हैं डायलॉग कर रहे हैं उनके साथ बातचीत चल रही है अपना ही स्टाफ है जो पुराना स्टाफ है हमारे पास नए स्टाफ तो बहुत कम है उनके भी ग्रेड्स जो हैं वो बढ़ाए गए हुए हैं 2 सालों से जो पुराना स्टाफ है अपना ही स्टाफ है डायलॉग करके बात कर लेंगे उनके साथ देख उन्होंने ये भी रोक लगाया है जो मेंबरशिप है यहाँ की कमेटी है जो अपना झोला भरते हैं तो झोला भर के ले जाते हैं जो स्टाफ है स्टाफ की तरफ से देखते नहीं और काफ़ी समय से भी कोई हमारी सैलरी नहीं कोई पे नहीं कोई कुछ नहीं आपको मैं बता चुकी हूँ कि इनकी सैलरी तो 5 तारीख से पहले मिल जाती है इंक्रीमेंट हर साल लगती है तो कहने में तो ये जो बात है वो ठीक नहीं है ना वो सच है और मैनेजमेंट झोले भर के ले जाती है मेरे को ये बता दीजिए रेवेन्यू हॉस्पिटल का देख रहे हैं तो झोले भरने वाली तो स्थिति भी नहीं है दूसरा सारी मैनेजमेंट जो है ये 2-2, 3-3 जनरेशन से यहाँ ऑलरेडी काम कर रही है जैसे कौन सा स्टाफ है जो धरने में बैठे हैं ज़्यादातर हेल्पर्स हैं जो हमें पता है वो हेल्पर्स हैं हर पे या कोई डॉक्टर नहीं है डॉक्टर्स नहीं है इस टाइम डॉक्टर्स का तो इशू ही नहीं है मैडम क्या आपका पूरा नाम क्या है कौन सा डॉक्टर प्रवीण सोपती है मेरा नाम ठीक है हॉस्पिटल है गुरु तेग बहादुर गुरु तेग बहादुर साहब चैरिटेबल हॉस्पिटल में यहाँ की मेडिकल डायरेक्टर ओके थैंक यू खबर लेंदे मोगा तो भारतीय किसान यूनियन वालों बकायदा तौर पर सरकार नूं चेतावनी दिती है अपनियां मंगां नूं लैके वेखो पूरी खबर रोल जी जो जानकारी जी अज धरना अज जिहड़ा चंडीगढ़ धरना हां जी पंजाब गवर्नमेंट से उन्होंने साडे नाल मीटिंग करके सारे जथेबंदियां दे नाल असीं जिहड़ियां मंगां रखियां सीगियां मेन मंगां जिहड़ियां जी झोने दी प्रॉब्लम दी है जां बिजली दी प्रॉब्लम सीगी बिजली दे जिहड़ा वड्डा इहनां दा इक हैगा जी 5500 रुपया पर पावर दे नाल ਇਹ ਕਹਿੰਦੇ ਆ ਵੀ ਸਾਡੀ ਮੰਗ ਸੀ ਵੀ 1200 ਰੁਪਈਆ ਅਤੇ ਹਰ ਸਰਕਾਰ 1200 ਰੁਪਈਆ ਲੈ ਕੇ ਸੀਜ਼ਨ ਦੇ ਵਿੱਚ ਜਾਣ ਕੇ ਲੋਕਾਂ ਦੀ ਪਾਵਰ ਵਧਾਉਂਦੀ ਆ ਅਤੇ ਇਹਨਾਂ ਨੇ ਆਖਿਆ ਵੀ 5500 ਤੋਂ 4500 ਤੋਂ ਘੱਟ ਅਸੀਂ ਕਰ ਨਹੀਂ ਸਕਦੇ ਇਹਦੇ ਤੋਂ ਬਾਅਦ ਜੋ ਮੂੰਗੀ ਦਾ ਅਤੇ ਜਿਹੜਾ ਮੰਨ ਲਓ ਇਹਨਾਂ ਨੇ ਕਿਹਾ MSP ਦੇਵਾਂਗੇ ਮੱਕੀ ਦੀ ਅਤੇ ਮੂੰਗੀ 'ਤੇ ਪਰ ਕਹਿ ਦਿੱਤਾ ਪਰ ਹਜੇ ਜਿੰਨਾ ਚਿਰ ਉਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਕੀ ਵਿਸ਼ਵਾਸ ਕਰ ਸਕਦੇ ਹਾਂ ਅਸੀਂ ਤਾਂ ਉਹਨਾਂ ਦੇ ਕਹਿਣ 'ਤੇ ਮੂੰਗੀ ਵੀ ਬੀਜ ਦਿੱਤੀ ਮੱਕੀ ਵੀ ਬੀਜ ਦਿੱਤੀ ਪਰ ਲੇਕਿਨ ਹਜੇ ਤੱਕ ਸਰਕਾਰ ਨੇ ਨੋਟਿਸ ਨਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਕੀ ਦੁਬਾਰਾ ਵੀ ਇਹ ਚੱਕੂਗੀ ਸਾਡਾ ਉੱਥੇ MSP ਨੇ ਚੱਕੂਗਾ ਕਿ ਸੈਂਟਰ ਮੁੱਕਰਦਾ ਰਿਹਾ ਹੁਣ ਪੰਜਾਬ ਗਵਰਨਮੈਂਟ ਮੁੱਕਰ ਜੂਗੀ ਇਸ ਲਈ ਕਰਕੇ ਜਿਹੜੀਆਂ ਵੀ ਮੰਗਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਉਸ ਤੋਂ ਬਾਅਦ ਤੁਹਾਡੇ 10 ਦਿਨ ਬਾਅਦ ਮੀਟਿੰਗ ਲੈ ਕੇ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਲੇਕਿਨ ਹਜੇ ਤੱਕ ਸਰਕਾਰ ਨੇ ਸਾਨੂੰ ਕੋਈ ਕਾਲ ਨਹੀਂ ਦਿੱਤੀ ਕੋਈ ਸਾਡੇ ਨਾਲ ਸੰਪਰਕ ਨਹੀਂ ਕੀਤਾ ਇਸ ਲਈ ਅਸੀਂ ਉਹਨਾਂ ਦੀ ਮੂਹਰ ਦੇਖ ਕੇ ਸਰਕਾਰ ਵੱਲ ਅੱਜ ਅਸੀਂ ਧਰਨਾ ਲਾਉਣ ਜਾ ਰਹੇ ਹਾਂ ਪੱਕਾ ਧਰਨਾ ਲੱਗੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਜੋ ਮਸਲੇ ਸਾਡੇ ਹੈਗੇ ਪੰਜਾਬ ਦੇ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਪੱਕਾ ਧਰਨਾ ਚਾਹੀਦਾ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਜਾ ਰਹੀ ਜਥੇਬੰਦੀ ਕੀ ਮੰਗਾਂ ਨੇ ਕਿਉਂ ਲਾਉਣਾ ਪਿਆ ਅੱਜ ਮੋਰਚਾ ਦੇਖੋ ਜੀ ਸੁਜੋਗਤ ਕਿਸਾਨ ਮੋਰਚੇ ਦੀ ਕਾਲ ਨੂੰ ਮੋਕਰਾ ਦਿਆ ਹੋਇਆ ਅਸੀਂ ਜਿਹੜੀ CM ਸਾਹਿਬ ਨਾਲ ਮੀਟਿੰਗ ਕੀਤੀ ਸੀਗੀ 17 ਅਪ੍ਰੈਲ ਨੂੰ ਉਹਦੇ ਵਿੱਚ ਅਸੀਂ 34 ਮੰਗਾਂ ਰੱਖੀਆਂ ਸੀਗੀਆਂ ਜਿਹੜੀਆਂ ਸਾਡੀਆਂ ਮੇਜਰ ਮੰਗਾਂ ਸੀਗੀਆਂ ਜਿਹੜੀ ਝੋਨੇ ਦੀ ਲਵਾਈ ਅਤੇ ਬਿਜਲੀ ਦੇ ਪ੍ਰਬੰਧ ਅਤੇ ਕਣਕ ਦਾ ਬੋਨਸ ਵੀ ਇਹਦੇ ਬਾਬਤ ਅਸੀਂ ਪੂਰਾ ਬਹਿਸ ਕੀਤੀ ਸੀਗੀ ਵੀ ਸਾਨੂੰ ਇਸ ਬਾਬਤ ਨਿਰਣਾ ਦਿਓ ਬੋਨਸ ਦਾ ਪੱਕਾ ਹੱਲ ਕਰੋ ਸਾਡਾ ਕਿਉਂਕਿ ਕਣਕ ਦਾ ਜਿਹੜਾ ਝਾੜ ਹੈ ਬਹੁਤ ਘੱਟ ਨਿਕਲਿਆ ਅਤੇ ਕਿਸਾਨਾਂ ਨੂੰ ਕੁਛ ਰਾਹਤ ਮਿਲਣੀ ਚਾਹੀਦੀ ਉਹ ਤਾਂ ਸਰਕਾਰ ਨੇ ਸਾਡੇ ਨਾਲ ਸਹਿਮਤੀ ਬਣਾਈ ਸੀ ਵੀ ਅਸੀਂ 10 ਦਿਨਾਂ ਦੇ ਅੰਦਰ ਮੀਟਿੰਗ ਵੀ ਦੇਵਾਂਗੇ
कि असी जो मोर्चा अनाउंस टेलीविजन ही कर देंगे तुम घर बैठे सुन लो साढ़े जत बड़ा वाला विश्वास से उस तो बाद भी सानू जमी लिया गया तो जोर तैयार करते झोना लो जी 22 तारीख राति मोगा जिले की उस तो बाद 24 तरीके जिले की राति संगरूर की राति 20 तरीक लगता नहीं जो 22 जून मोगे दिती है तो झोना सैल चाहूगा जो बड़े देखो जी असं झोना तो 10 तरीक शुरू कर देना सरकार को असं देता भी असं 10 नूं झोना शुरू कर देना कि मर्जी महकमा रोक लगे सानू आ गया सानू पैदा कर दे सानू फड़ लैन क्योंकि जे असी 22 नूं झोना लाने सू सैल आ जाए सू मंडिया च धरने लाने पैने उतू बाले धरने लाने पैणगे नाले साड़ी फसल बर्बाद होगी मंडिया च पई अज तो असी बर्बाद होंगे फिर साड़ी फसल भी बर्बाद होगी दो काम हो जाने अज एक काम जे सरकार मंगा नहीं मानती तक मंगा नहीं मानती तो अज असी जिहड़ा चंडीगढ़ धरना लाउणा इह अणमिथे समे लई लावांगे जिन्नी देर तक साडीआं मंगां दी पूर्ती नहीं हो जाती ते असी मैदान खाली नहीं छड्डना। खबर लेंदे मौड़ मंडी तो औरत दे बयानां दे उपर मामला दर्ज किया है और पुलिस वालों जांच पड़ताल शुरू कर दी गई है। किहड़ियां धरावां दे तहत मामला दर्ज किया है वेखदे हां खबर। SSP दी गड्डी दे मूहरे सी पै गए की कारण है भाई? कारण है जी मेरा 28 तरीक नूं रात दे 10 बजे गुजर गया सीगा ते 29 तरीक नूं उहदा सत्कार होया। 29 तरीक नूं असीं सत्कार किया जिहदे कोल मेरे कोल फोटोआं भी है मैल दे विच वी सत्कार करदे नूं ते उदू बाद 29 तरीक दा जी मेरे ते बलाकार दा पर्दा कट्टिया दित्ता जी। किन्ने कटवाया? ਇਹ ਕਟਵਾਇਆ ਜੀ ਮੇਰੇ 'ਤੇ ਚਰਨਜੀਤ ਆਪਣੇ ਆਸਵੰਤ ਤੂ ਕੋਲੇ ਇਨਕੁਆਰੀ। ਕਿੰਨੇ ਆਰੋਪ? ਕਿੰਨੇ ਲਾਇਆ ਗਿਆ? ਰੋਲ ਲਾਏ ਕੁਲਦੀਪ ਔਰ ਨੇ। ਕੀ ਰੋਪ ਲਾਇਆ? ਰੋਲ ਲਾਇਆ ਜੀ ਮੇਰੇ ਨਾਲ ਬਲਾਕਾਰ ਕੀਤਾ। ਅੱਛਾ, ਉਹ ਕਿਹਦੇ ਨਾਲ ਭੱਜੀ ਸੀ? ਕੀ ਕਹਾਣੀ ਉਹਦੀ? ਉਹਦਾ ਜੀ ਆਪਾਂ ਨੂੰ ਪਤਾ ਕਿਹਦੇ ਨਾਲ ਭੱਜੀ ਸੀਗੀ ਜੀ ਮੇਰੇ ਤਾਂ ਡੈਡੀ ਦਾ ਡੈਥ ਹੋਈ ਵੀ ਸੀਗੀ ਆਪਾਂ ਤਾਂ ਗਏ ਨਹੀਂ। ਤੁਹਾਡਾ ਨਾਮ ਕਿਉਂ ਲਿਖਾਇਆ ਹੋਇਆ? ਉਹ ਜੀ ਆਪਣੇ ਚਰਨਜੀਤ ਗਹਿਰੀ ਆ ਜੋ ਅਦਾਲਤਾਂ ਦੇ ਉਹਨਾਂ ਦੀ ਰੰਜਸ ਦੇ ਉਹਨਾਂ ਨਾਲ ਰਿਸ਼ਤੇਦਾਰੀ ਆ। ਉਹਨਾਂ ਨੇ ਪਹਿਲਾਂ ਵੀ ਸਾਡੇ 'ਤੇ ਪਰਚਾ ਦਰਜ ਕਰਾਇਆ ਸੀਗਾ। ਝੂਠਾ ਪਰਚਾ ਤੁਹਾਡੇ 'ਤੇ? ਹਾਂ। ਪਰਚਾ ਦਰਜ ਕੀਤਾ ਜਾਵੇ ਆਸਵੰਤ ਜੀ ਤੇ ਕਾਰਵਾਈ ਕੀਤੀ ਹੈ। ਕਿੰਨਾ ਟਾਈਮ ਤੁਹਾਨੂੰ ਇਹ ਗੱਡੀ ਦੇ ਮੂਹਰੇ ਬਿਆਨ ਕਰਨ ਟਾਈਮ ਹੋ ਗਿਆ ਤੇ ਸਾਨੂੰ ਜੇ ਇੱਥੇ ਘੰਟਾ ਹੋ ਗਿਆ ਜੀ ਗੱਡੀ ਦੇ ਪੈਰ ਮੂਹਰੇ ਸੁਣਾਇਆ ਕੋਈ ਸੁਣਵਾਈ ਨਹੀਂ ਕੀਤੀ। ਅਗਲਾ ਸਟੈਂਡ ਕੀ ਹੈ ਜੀ ਤੁਹਾਡੇ ਕੋਲ? ਅਗਲਾ ਸਟੈਂਡ ਹੈ ਜੀ ਮੈਂ ਜੇ ਮੇਰੇ ਨਹੀਂ ਕਾਰਵਾਈ ਕਰਦੇ ਤਾਂ ਮੈਂ ਇੱਥੇ ਆਪਦੀ ਜਾਨ ਦੇ ਦੂੰਗਾ ਭੁੱਖ ਹੜਤਾਲ ਤੇ ਬੈਠੂੰਗਾ ਜੀ। ਪਰ ਸਰਕਾਰ ਕਹਿੰਦੀ ਹੈ ਸੁਣਵਾਈ ਹੋਊਗੀ ਹਰੇਕ ਦੀ? ਨਹੀਂ ਜੀ, ਰਿਸ਼ਵਤ ਬੰਦ ਹੋਊਗੀ। ਰਿਸ਼ਵਤ ਜੀ ਮੈਂ ਇੱਥੇ ਭਗਵੰਤ ਮਾਨ ਜੀ ਦਾ ਐਲਾਨ ਸੁਣਿਆ ਸੀਗਾ ਵੀ ਪੰਜਾਬ ਦੇ ਵਿੱਚ ਰਿਸ਼ਵਤ ਬੰਦ ਹੋਊਗੀ ਤਾਂ ਮੈਨੂੰ ਤਾਂ ਨਹੀਂ ਪਤਾ ਲੱਗਦਾ ਜੀ ਪੰਜਾਬ 'ਚ ਰਿਸ਼ਵਤ ਤਾਂ ਪੰਜਾਬ ਦਾ ਤਾਂ ਨਹੀਂ ਪਤਾ ਬਠਿੰਡੇ ਜ਼ਿਲ੍ਹੇ ਦਾ ਮੈਨੂੰ ਜ਼ਰੂਰ ਪਤਾ ਗਾ ਵੀ ਇੱਥੇ ਜਿਵੇਂ ਪਹਿਲਾਂ ਰਿਸ਼ਵਤ ਚੱਲਦੀ ਸੀਗੀ ਉੱਥੇ ਹੁਣ ਆਸਵੰਤ ਜੀ ਨੇ ਮੇਰੇ 'ਤੇ ਵਿਰੋਧੀ ਪਾਰਟੀ ਤੋਂ ਪੈਸੇ ਲੈ ਕੇ ਮੇਰੇ 'ਤੇ ਝੂਠਾ ਪਰਚਾ ਕੱਟਿਆ। ਉਹ SSP ਗੱਡੀ ਦੇ ਬਾਹਰ ਪ੍ਰਦਰਸ਼ਨ ਕਰ ਰਿਹਾ ਲੇਟ ਕੇ, ਕੀ ਮਾਮਲਾ ਪੂਰਾ ਹੈ? ਦੇਖੋ ਉਹ ਹੈਂਡੀਕੈਪ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਉਹਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਅਤੇ ਉੱਥੇ ਇੱਕ ਲੜਕੀ ਨੇ ਇਲਜ਼ਾਮ ਲਗਾਇਆ ਵੀ ਇਹਨੇ ਮੇਰੇ ਨਾਲ ਰੇਪ ਕੀਤਾ ਅਤੇ ਜਿਹੜੀ ਅੱਜ ਕੱਲ੍ਹ ਰੂਲਿੰਗ ਵੀ ਹੈ ਸਾਨੂੰ ਕੋਰਟ ਵੱਲੋਂ ਵੀ ਹੁਕਮ ਇਹੀ ਨੇ ਵੀ ਜਦੋਂ ਕੋਈ ਲੜਕੀ ਆਪਣੀ ਡਿਗਨਿਟੀ ਦੇ ਖਿਲਾਫ਼ ਗੱਲ ਕਰਦੀ ਹੈ ਫਸਟ ਰਜਿਸਟਰ ਕੇਸ ਦੈਨ ਇਨਵੈਸਟੀਗੇਟ ਨੋਟ ਇਨਕੁਆਇਰ। ਸੋ DSP ਸ਼ਵੰਤ ਸਿੰਘ ਨੇ ਵੀ ਇਹਦੀ ਉਹਨੇ ਪ੍ਰੀਮਾ ਫੇਸੀ ਦੇਖ ਕੇ ਵੀ ਇਹਦੀ ਐਲੀਗੇਸ਼ਨ ਰੇਪ ਦਾ ਅਤੇ ਉਹਨਾਂ ਨੇ ਕੇਸ ਰਜਿਸਟਰ ਦੀ ਸਿਫਾਰਿਸ਼ ਕੀਤੀ ਹੈ ਜਿਹਦੀ ਇਨਵੈਸਟੀਗੇਸ਼ਨ ਮੇਰੇ ਕੋਲ ਹੈ। ਇਹਨਾਂ ਨੂੰ ਮੈਂ ਵੀ ਬੁਲਾਇਆ ਸੀ, ਮੈਨੂੰ ਮੈਂ ਸੁਣਿਆ ਅਤੇ ਅਸੀਂ ਉਹਦੇ 'ਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਰ ਇਹ ਕਹਿ ਰਿਹਾ ਉਸ ਦਿਨ ਮੇਰੇ ਫਾਦਰ ਦੀ ਡੈਥ ਹੋਈ ਹੈ, ਉਹਦਾ ਸੰਸਕਾਰ ਕਰਾ ਰਿਹਾ ਸੀ, ਉਸੇ ਦਿਨ ਮੇਰੇ 'ਤੇ FIR ਦਰਜ ਹੋ ਗਈ ਰੇਪ ਦੀ? ਦੇਖੋ ਇਸ ਤਰ੍ਹਾਂ ਇਹੋ ਜਿਹੀ ਆਪਣੀ ਜ਼ਿੰਦਗੀ 'ਚ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਪਰ ਇਹ ਜ਼ਰੂਰੀ ਨਹੀਂ ਵੀ ਉਸ ਦਿਨ ਹੁਣ ਲੜਕੀ ਦੇਖੀ ਜਿਹਨੇ ਐਲੀਗੇਸ਼ਨ ਲਾਇਆ ਇਹ 'ਚ ਅਸੀਂ ਤਾਂ ਕੁਛ ਨਹੀਂ ਕਰ ਸਕਦੇ, ਅਸੀਂ ਤਾਂ ਕੋਈ ਪਰਚਾ ਨਹੀਂ ਦਿੱਤਾ, ਪਰਚਾ ਤਾਂ ਕਿਸੇ ਕੰਪਲੇਂਟ 'ਤੇ ਹੋਇਆ। ਠੀਕ ਹੈ ਨਾ, ਥੈਂਕ ਯੂ ਜੀ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ,
मर्दाना कमजोरी नू खत्म करता है ते नरक भरी जिंदगी विच लियांदा है रौनक। फीर लीफ पावर। कबज तो परेशान होने की हुण जरूरत नहीं है, कबज तो छुटकारा पाउण लई आ गया कबज हर चूरन। कबज हर चूरन नू अपनाओ ते कबज तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।